ਡੇਰਾ ਸਾਹਿਬ ਲਾਹੌਰ ਦੇ ਵਿਚ ਬੈਠੇ ਹੋ ਜਿੱਥੇ ਪੰਚਮ ਪਾਤਸ਼ਾਹ ਗੁਰਦਾਸ ਦੇਵ ਜੀ ਉੱਥੇ ਬੈਠੇ ਮਹਿਸੂਸ ਕਰੋਗੇ ਆਪ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਤਾਈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਤਾਈ ਸ਼ਰਧਾ ਨਾਲ ਮੈਂ ਨਮਸਕਾਰ ਕਰਦਾ ਤੁਹਾਡੇ ਚਰਨਾਂ ਦਾ ਹਿਰਦੇ ਧਿਆਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਕਾਂ ਤੁਹਾਡੇ ਚਰਨਾਂ ਦਾ ਹਿਰਦੇ ਧਿਆਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਾ ਸਤਿਕਾਰ ਕਰਦਾ ਕਰਕੇ ਲੰਬੀ ਦਰਸ਼ਨ ਸੀਨੇ ਵਿੱਚ ਠੰਡ ਪੈਂਦੇ ਕਰਕੇ ਚੰਦਨ ਚੰਦਨ ਸਰਜਰਤ ਮੂਲਾਂ ਵਿੱਚ ਹੀ ਧਾਮ ਸੀਤਲ ਸੀਵਾ ਨਾਨਕਾ ਜਪੰਗੜੋ ਹਰ ਨਾਮ ਇਹੀ ਕਾਰਨ ਸੀ ਕਿ ਮੇਰੇ ਗੁਰੂ ਅਰਜਨ ਦੇਵ ਜੀ ਨੂੰ ਸੇਕ ਨਹੀਂ ਸੀ ਲੱਗ ਰਿਹਾ ਤਵੀ ਦਾ ਕਰਕੇ ਰੱਬੀ ਦਰਸ਼ਨ ਸੀਨੇ ਵਿੱਚ ਠੰਡ ਪੈਂਦੀ ਤਦੇ ਹੱਡੀਆਂ ਨੂੰ ਜੋ ਠੰਡਾ ਠਾਰ ਕਰਦਾ ਜੋ ਵੀ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਜੋ ਵੀ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਤਿਗੁਰੂ ਉਸ ਦਾ ਬੇੜਾ ਪਾਰ ਕਰਦਾ ਸਤਿਗੁਰੂ ਉਸ ਦਾ ਬੇੜਾ ਪਾਰ ਕਰਦਾ ਮੁਰਦਾ ਦਿਲਾਂ ਵਿੱਚ ਜ਼ਿੰਦਗੀ ਭਰਨ ਵਾਲੇ ਜਵਾਨਾਂ ਜੀ ਮੁਰਦਾ ਦਿਲਾਂ ਵਿੱਚ ਜ਼ਿੰਦਗੀ ਭਰਨ ਵਾਲੇ ਕੀਤੇ ਕੌਤਕ ਜੋ ਬੜੇ ਮਹਾਨ ਹੋਏ ਜਿੱਤਿਆ ਸਬਰ ਜਿੱਤਿਆ ਸਬਰ ਤੇ ਜਬਰ ਦੀ ਹਾਰ ਹੋਈ ਪੰਚਮ ਪਾਤਸ਼ਾਹ ਜਦੋਂ ਕੁਰਬਾਨ ਤੇ ਚੰਗੀ ਕਰ ਲਾਈ ਲੱਗੇ ਵਿਕਾਰਾ ਕਟਾਉਂਦੇ ਅੱਗਵਾਨ ਸੀ ਸੂਰਜ ਲਾਲ ਹੋਇਆ ਅੱਗਵਾਨ ਸੀ ਸੂਰਜ ਲਾਲ ਹੋਇਆ ਸੀਨਾ ਧਰਤੀ ਦਾ ਤਪਦਾ ਜਾ ਰਿਹਾ ਸੀ ਸੀਸ ਸੋਹਣੇ ਤੇ ਤੱਤੀ ਰੇਤ ਪੈਂਦੀ ਪੈਸਾ ਸੀਸ ਸੋਹਣੇ ਤੇ ਤੱਤੀ ਰੇਤ ਪੈਂਦੀ ਜਾਲਮ ਭਲ ਭਲ ਕੜਛੇ ਪਾ ਰਿਹਾ ਸੀ ਮੀਆਂ ਮੀਰ ਤੱਤਾ ਸਭ ਕੁਛ ਹੀ ਤੱਤਾ ਹੋ ਗਿਆ ਉਸ ਵਕਤ ਦੇ ਵਿੱਚ ਮੀਆਂ ਮੀਰ ਤੱਤਾ ਚੰਦੂ ਦੀਵਾਨ ਤੱਤਾ ਤੱਤਾ ਲੇਖ ਵੀ ਤਪਸ ਦਿਖਾ ਰਿਹਾ ਸੀ ਖੰਭ ਜਤੌਰਾਂ ਦੇ ਵੀ ਤਪਸ ਨਾਲ ਚੜਨ ਲੱਗੇ ਸਰੀਰ ਸਤਿਗੁਰਾਂ ਦਾ ਵੀ ਢਲਦਾ ਜਾ ਰਿਹਾ ਸੀ ਬਾਂਗ ਪਰਵਾਨੇ ਦੇ ਸ਼ਮਾ ਤੇ ਸ਼ਰਨ ਵਾਲੇ ਬਾਂਗ ਪਰਵਾਨੇ ਦੇ ਸਮਾ ਤੇ ਸ਼ਰਨ ਵਾਲੇ ਸਾਰੇ ਜੱਗ ਦੇ ਵਿੱਚ ਮਹਾਨ ਹੋਏ ਜਿੱਤਿਆ ਸਬਰ ਤੇ ਜਬਰ ਦੀ ਹਾਰ ਹੋਈ ਪੰਚਮ ਪਾਤਸ਼ਾਹ ਜਦੋਂ ਪਰਵਾਨ ਹੋਏ ਜਿੱਤਿਆ ਸਬਰ ਤੇ ਜਬਰ ਦੀ ਹਾਰ ਹੋਈ ਪੰਚਮ ਪਾਤਸ਼ਾਹ ਜਦੋਂ ਪਰਵਾਨ ਹੋਏ ਜੋ ਵੇਖ ਕੇ ਚੰਡੂਲਾ ਕਾਪੀਆਂ ਦਾ ਜੋ ਵੇਖ ਕੇ ਚੰਡੂਲਾ ਕਾਪੀਆਂ ਦਾ ਸਾਰੀ ਦੁਨੀਆਂ ਦੇ ਤਹਤ ਅਸਮਾਨ ਕੰਬੇ ਸਾਰੀ ਦੁਨੀਆਂ ਦੇ ਤਹਤ ਅਸਮਾਨ ਕੰਬੇ ਮੀਆਂ ਮੀਆਂ ਮੀਰ ਵੀ ਗੁਰਾਂ ਦੇ ਕੋਲੇ ਆਇਆ ਗੁੱਸੇ ਵਿੱਚ ਉਸਦਾ ਮਾਨ ਤਾਨ ਕੰਬੇ ਕਹਿੰਦਾ ਮੈਂ ਲਾਹੌਰ ਦੀ ਪੂਰਾ ਟਿਕਟ ਆ ਜਾਵਾਂ ਨਾ ਤੇ ਮੇਰੇ ਪਾਤਸ਼ਾਹ ਨੇ ਪੁੱਛਿਆ ਤੇਰੇ ਕੋਲੇ ਟਾਂਚ ਕਿਹਨੇ ਦਿੱਤੀ ਆ ਕਹਿਣ ਲੱਗਿਆ ਤੁਸੀਂ ਕਹਿਣ ਲੱਗਿਆ ਅਸੀਂ ਨੀ ਕਰ ਸਕਦੇ ਤੇਰੇ ਕੋਲੇ ਤਾਂ ਕਿਰਨ ਹੈ ਇਸੇ ਸੂਰਜ ਦੇ ਮੀਆਂ ਮੀਰ ਗੁਰਾਂ ਦੇ ਕੋਲੇ ਆਇਆ ਗੁੱਸੇ ਵਿੱਚ ਉਸਦਾ ਮਾਨ ਤਾਨ ਕੰਬੇ ਜਹਾਂਗੀਰ ਦਾ ਤਖ਼ਤ ਉਲਟਾ ਦੇਵਾਂ ਕੀ ਕਹਿੰਦਾ ਜਹਾਂਗੀਰ ਆਪਣੇ ਸਾਈਆਂ ਵੀਰ ਜਹਾਂਗੀਰ ਦਾ ਤਖ਼ਤ ਉਲਟਾ ਦੇਵਾਂ ਹੁਕਮ ਕਰੇ ਤਾਂ ਜੱਗ ਜਹਾਨ ਕੰਬੇ ਗੁਰਾਂ ਆਖਿਆ ਰਾਜਾ ਦੇ ਵਿੱਚ ਰਹਿਣਾ ਆਖਿਆ ਰਾਜਾ ਦੇ ਵਿੱਚ ਰਹਿਣਾ ਝੂਠੀ ਤਾਕਤ ਦੇ ਨਾਲ ਸ਼ੈਤਾਨ ਕੰਬੇ ਆਪਾ ਵਾਰ ਕੇ ਪੂਰਨੇ ਪਾਏ ਐਸੇ ਆਪਾ ਕੰਗ ਸਾਹਿਬ ਆਪਾ ਵਾਰ ਕੇ ਪੂਰਨੇ ਪਾਏ ਐਸੇ ਰੱਬੀ ਕੌਤਕ ਨੂੰ ਤੱਕ ਜਹਾਨ ਰੋਏ ਜਿੱਤਿਆ ਸਬਰ ਤੇ ਜਬਰ ਦੀ ਹਾਰ ਹੋਈ ਪੰਚਮ ਪਾਤਸ਼ਾਹ ਜਦੋਂ ਕੁਰਬਾਨ ਹੋ ਸਾਧ ਸੰਗਤ ਜੀ ਜਿਸ ਤਰ੍ਹਾਂ ਮੇਰੇ ਪਾਤਸ਼ਾਹ ਨੇ ਸ਼ਹਾਦਤ ਪ੍ਰਾਪਤ ਕੀਤੀ ਨਵੇਂ ਢੰਗ ਨਾਲ ਜੁਰਮ ਦੇ ਨਾਲ ਲੜ ਕੇ ਨਵੇਂ ਢੰਗ ਨਾਲ ਜੁਰਮ ਦੇ ਨਾਲ ਲੜ ਕੇ ਨਵੇਂ ਪੂਰਨੇ ਜੱਗ ਤੇ ਪਾਏ ਦਾਤਾ ਨਵੇਂ ਪੂਰਨੇ ਜੱਗ ਤੇ ਪਾਏ ਦਾਤਾ
शांतमई ढंग चौका मार के तत्ती तवी ते आसन लगाए जाता। गुरु ग्रंथ साहिब विच बाणी दर्ज कीती, गुरु ग्रंथ साहिब विच बाणी दर्ज कीती धरों दरगाह तो जेड़ी न्याय दाता गुरु ग्रंथ साहिब विच बाणी दर्ज कीती धरों दरगाह तो जेड़ी न्याय दाता माता भानी दे नाम करे रोशन, माता भानी दे नाम करे रोशन सच छोटी खानदान चार चन लाए दाता आखिरी साहा तक, आखिरी साहा तक सबर ते शुक्र कीता सिख कौम विच गुरु महान होए जितिया सबर अते जबर की हार होई पंचम पातशाह जदों कुर्बान होए पंचम पातशाह जदों कुर्बान होए सरदार बन के शहीदा ने गुरु अर्जन हासस मौत नू सीने दे नाल लाया सूरा सो पहचानिया जो लड़े दिन के हेत पुरदा पुरदा कट मरे कबू नशा कह के हेत कबीर मोहे मरने का चौ है मरो तहां के बार मत हर कुछ है कौन है पड़ा तुम्हारे लाल। सरदार बन के शहीदा ने गुरु अर्जन बाबा प्रधान साहब जी सम्मान कर रहे हैं सरदार बन के शहीदों ने गुरु अर्जन हस हस मौत नु सीने दे नाल लाया हिरदा अंदरों निरंकार दे नाल जुड़िया नाम विच ही सतगुरां मन लाया एक साहब तेरा किया मीठा लागे तेरा किया मीठा लागे ना जाप कीता ਆਣਾ ਮੰਨਿਆ ਮੌਤ ਨੂੰ ਗੜ ਲਾਇਆ ਰਾਵੀ ਨਦੀ ਵਿੱਚ ਆਖਰੀ ਇਸ਼ਨਾਨ ਕਰਕੇ ਰੱਬੀ ਜੋਤ ਨੂੰ ਜੋਤ ਵਿੱਚ ਮਿਲਾਇਆ ਅਦੁੱਤੀ ਅਦੁੱਤੀ ਸ਼ਹੀਦੀ ਇਹ ਹਮੇਸ਼ਾ ਲਈ ਕਰਾਮਾਤ ਹੋਈ, ਅਦੁੱਤੀ ਸ਼ਹੀਦੀ ਇਹ ਹਮੇਸ਼ਾ ਲਈ ਕਰਾਮਾਤ ਹੋਈ ਰੋਈ ਮਨੁੱਖਤਾ ਰੋਈ ਮਨੁੱਖਤਾ ਤੇ ਧਰਤੀ ਅਸਮਾਨ ਹੋਏ ਰੋਈ ਮਨੁੱਖਤਾ ਤੇ ਧਰਤੀ ਸਮਾਨ ਹੋਏ ਜਿੱਤਿਆ ਸਬਰ ਤੇ ਜਬਰ ਦੀ ਹਾਰ ਹੋਈ ਗੁਰੂ ਅਰਜਨ ਦੇਵ ਜੀ ਜਦੋਂ ਕੁਰਬਾਨ ਹੋਏ ਗੁਰੂ ਅਰਜਨ ਦੇਵ ਜੀ ਜਦੋਂ ਕੁਰਬਾਨ ਅਖੀਰਲਾ ਸਹਿਜਾ ਸਾਧ ਸੰਗਤ ਜੀ ਬੂਟਾ ਲਾਇਆ ਜੋ ਨਾਨਕ ਪਾਤਸ਼ਾਹ ਨੇ, ਬੂਟਾ ਲਾਇਆ ਜੋ ਨਾਨਕ ਪਾਤਸ਼ਾਹ ਨੇ ਰਹਿੰਦੀ ਦੁਨੀਆ ਤੱਕ ਪਾਣੀ ਪਾ ਦਿੱਤਾ। ਲਾਈਨਾਂ ਸੁਣਨ ਵਾਲੀਆਂ ਨੇ ਸਾਧ ਸੰਗਤ ਜੀ, ਬੂਟਾ ਲਾਇਆ ਜੋ ਨਾਨਕ ਪਾਤਸ਼ਾਹ ਨੇ ਰਹਿੰਦੀ ਦੁਨੀਆ ਤੱਕ ਪਾਣੀ ਪਾ ਦਿੱਤਾ, ਖਾਤਰ ਸਿੱਖੀ ਦੀ ਪੰਚਮ ਪਾਤਸ਼ਾਹ ਨੇ ਕੋਮਲ ਸਰੀਰ ਨੂੰ ਲੇਖੇ ਵਿੱਚ ਲਾ ਦਿੱਤਾ, ਜਹਾਂ ਵੀਰ ਦੀ ਅਣਖ ਨੂੰ ਢਾਲ ਲੱਗੀ, ਜਹਾਂ ਵੀਰ ਦੀ ਅਣਖ ਨੂੰ ਢਾਲ ਲੱਗੀ ਮੁਗਲਿਆ ਰਾਜ ਨੂੰ ਕੰਬਲ ਲਾ ਬੇੜਾ ਚੰਦੂ ਦਾ ਪੂਰੀ ਤਰ੍ਹਾਂ ਗਰਕ ਹੋਇਆ, ਬੇੜਾ ਚੰਦੂ ਦਾ ਪੂਰੀ ਤਰ੍ਹਾਂ ਗਰਕ ਹੋਇਆ, ਨਕੇਲ ਪਾ ਕੇ ਸਿੱਖਾਂ ਮਰਵਾ ਦਿੱਤਾ, ਨੱਕ ਨਕੇਲ ਪਾ ਕੇ ਸਿੱਖਾਂ ਨੇ ਜਦੋਂ ਜਹਾਂਗੀਰ ਨੂੰ ਫਿਰ ਪਤਾ ਲੱਗਾ ਨਾ ਸਰੀਰ ਦਾ, ਉਹ ਕਹਿੰਦਾ ਜਿੱਥੇ ਮਰਜ਼ੀ ਨੱਕ ਉੱਪਰ ਨਕੇਲ ਪਾ ਕੇ ਨੂੰ ਮਾਰ ਦਿੱਤਾ, ਤੇ ਇਸ ਤਰ੍ਹਾਂ ਫਿਰ ਉਹਦਾ ਅੰਤ ਹੋਇਆ। ਬੇੜਾ ਚੰਦੂ ਦਾ ਪੂਰੀ ਤਰ੍ਹਾਂ ਗਰਕ ਹੋਇਆ, ਨਕੇਲ ਪਾ ਕੇ ਸਿੱਖਾਂ ਮਰਵਾ ਦਿੱਤਾ, ਕਾਸੀ ਅੰਕ ਦੇ ਨਾਲ ਸ਼ਹੀਦ ਹੋਏ, ਕਾਸੀ ਅੰਕ ਦੇ ਨਾਲ ਸ਼ਹੀਦ ਹੋਏ, ਨੇਤਰ ਮੁੰਦ ਕੇ ਨੇਤਰ ਮੁੰਦ ਕੇ ਅੰਤਰ ਧਿਆਨ ਹੋਏ, ਜਿੱਥਿਆ ਸਬਰ ਤੇ ਜਬਰ ਦੀ ਹਾਰ ਹੋਈ ਪੰਚਮ ਪਾਤਸ਼ਾਹ ਜਦੋਂ ਕੁਰਬਾਨ ਹੋਏ, ਜਿੱਥਿਆ ਸਬਰ ਤੇ ਜਬਰ ਦੀ ਹਾਰ ਹੋਈ ਪੰਚਮ ਪਾਤਸ਼ਾਹ ਜਦੋਂ ਕੁਰਬਾਨ ਹੋਏ। ਜਿੰਨੀਆਂ ਵੀ ਸੰਗਤਾਂ ਨੇ ਇਸ ਪੁੱਤਰ ਦਾ ਸਤਿਕਾਰ ਕੀਤਾ ਹੈ, ਮਹਾਰਾਜ ਕੀਤੀ ਹੈ, ਦਾਸ ਦਾ ਜਦੋਂ ਧੰਨਵਾਦੀ ਹੈ। ਤੋ ਸਾਧ ਸੰਗਤ ਜੀ, ਹੁਣ ਮੈਂ ਬਹੁਤ ਹੀ ਸ਼ਾਂਤੀ ਸੁਭਾਅ ਔਰ
ਨਿਮਰਤਾ ਲਈ ਮੈਂ ਕਹੂੰਗਾ ਪੁਤਲੇ ਜਿਸ ਬਾਰੇ ਮਿਠਤ ਨੀਵੀ ਨਾਨਕਾ ਗੁਣ ਚੰਗੇ ਜਿਨ੍ਹਾਂ ਨੇ ਸਾਰੀ ਉਮਰ ਇਮਾਨਦਾਰੀ ਦੇ ਨਾਲ ਉਸ ਮਹਿਕਮੇ ਦੇ ਵਿੱਚ ਨੌਕਰੀ ਕੀਤੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਸਭ ਤੋਂ ਵੱਡਾ ਜਿਵੇਂ ਕਹਿੰਦੇ ਨੇ ਚੋਰ ਬਜ਼ਾਰੀ ਦਾ ਮਹਿਕਮਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਭ ਤੋਂ ਵੱਡਾ ਰਿਸ਼ਵਤ ਖੋਰੀ ਦਾ ਮਹਿਕਮਾ ਕਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਉਹਦੇ ਵਿੱਚ ਉੱਚੇ ਅਹੁਦਿਆਂ ਦੇ ਉੱਤੇ ਰਹਿਣ ਵਾਲੇ ਇਨਕਮ ਟੈਕਸ ਅਫਸਰ ਰਹਿਣ ਵਾਲੇ ਅਡੀਸ਼ਨਲ ਕਮਿਸ਼ਨਰ ਮੈਂ ਮੇਰੀ ਮੁਰਾਦ ਹਰਬੰਸ ਸਿੰਘ ਢੇਜੀ ਤੋਂ ਹੈ ਹੁਣ ਉਹ ਆਪਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨਗੇ ਦਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਸਰਦਾਰ ਹਰਦੇਵ ਸਿੰਘ ਕੰਸੀ ਜੀ ਜਿਹਨਾਂ ਦੀ ਕਵਿਤਾ ਸੁਣੀ ਤੁਸਾਂ ਵਾਕਈ ਕਹਿੰਦੇ ਜਿਹਨਾਂ ਦਾ ਬਣਿਆ ਔਰ ਇਤਿਹਾਸ ਅੱਗੇ ਬਿਲਕੁਲ ਪੂਰਾ ਮੈਂ ਦੱਸਦਾ ਉਹ ਦੱਸਿਆ ਕਿ ਕਿੱਦਾਂ ਸਬਰ ਦੀ ਜਿੱਤ ਹੁੰਦੀ ਹੈ ਔਰ ਜਨਮ ਦੀ ਹਾਰ ਹੁੰਦੀ ਤੇ ਬਾਕੀ ਇਹਨਾਂ ਨੂੰ ਜੈਮ ਕਰਾ ਲਈ ਤੇ ਉਹਨੂੰ ਮੈਂ ਮਾਫੀ ਚਾਹੁੰਦਾ ਮੈਂ ਤੇ ਆਪਣੇ ਦੂਜਿਆਂ ਨੂੰ ਵਗਾ ਰਿਹਾ ਕਵਿਤਾ ਦਾ ਸਾਜੀ ਰਿਹਾ 1960 ਤੋਂ ਲੈ ਕੇ ਲਿਖ ਰਿਹਾ ਮੈਂ ਤੇ ਮੈਂ ਕਵਿਤਾ ਆਪਣੀ ਕਸਦਾ ਪੇਸ਼ ਕਰਨ ਲੱਗਾ ਜੀ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ ਸੋ ਇਹਦੇ ਵਿੱਚ ਪਹਿਲਾ ਪੈਰਾ ਤੁਸੀਂ ਲਿਖੋਗੇ ਇਹਦੇ ਵਿੱਚ ਜਿਹੜਾ ਜਹਾਂਗੀਰ ਸੀ ਉਹਦਾ ਹੰਕਾਰ ਵਿਖਾਇਆ ਗਿਆ ਉਹਦਾ ਹੰਕਾਰ ਹੈ ਕਿੰਨਾ ਸੀ ਉਹ ਤੇ ਜਹਾਂਗੀਰ ਦਾ ਹੰਕਾਰ ਉਸ ਤੋਂ ਬਾਅਦ ਸ਼ਹੀਦੀ ਦਾ ਥੋੜ੍ਹਾ ਜਿਹਾ ਜੋ ਦ੍ਰਿਸ਼ ਸੀਗਾ ਉਹ ਮੈਂ ਆਪਣੇ ਅੱਖਰਾਂ ਨਾਲ ਫੋਟੋ ਖਿੱਚੇ ਉਹ ਵੇਖੋ ਅੱਜ ਜ਼ੁਲਮ ਦੀ ਹੱਦ ਹੋ ਗਈ ਉਹ ਵੇਖੋ ਅੱਜ ਜ਼ੁਲਮ ਦੀ ਹੱਦ ਹੋ ਗਈ ਜਹਾਂਗੀਰ ਨੇ ਜ਼ੁਲਮ ਕਮਾਇਆ ਹੈ ਕਹਿੰਦਾ ਤਖਤ ਦੇ ਉੱਤੇ ਹੈ ਅਸੀਂ ਬੈਠੇ ਕਹਿੰਦਾ ਤਖਤ ਦੇ ਉੱਤੇ ਹਾਂ ਅਸੀਂ ਬੈਠੇ ਇਹਨੂੰ ਜਗ ਕਿਉਂ ਸੀਸ ਝੁਕਾਇਆ ਹੈ ਕਹਿੰਦਾ ਤਖਤ ਦੇ ਉੱਤੇ ਗੁਰਤ ਦੇ ਮੱਥਾ ਗੁੱਟੀਆਂ ਡੇਗੀ ਜਾਂਦੀਆਂ ਕਹਿੰਦਾ ਤਖਤ ਦੇ ਉੱਤੇ ਹਾਂ ਅਸੀਂ ਬੈਠੇ ਇਹਨੂੰ ਜਗ ਕਿਉਂ ਸੀਸ ਝੁਕਾਇਆ ਹੈ ਇਹ ਕਿਹੜਾ ਜੋ ਰੱਬ ਦੀਆਂ ਕਰੇ ਗੱਲਾਂ ਇਹ ਕਿਹੜਾ ਜੋ ਰੱਬ ਦੀਆਂ ਕਰੇ ਗੱਲਾਂ ਇਹ ਕੌਣ ਜਿਸ ਧਰਮ ਚਲਾਇਆ ਹੈ ਇਹ ਕੌਣ ਜਿਸ ਧਰਮ ਚਲਾਇਆ ਹੈ ਮੁਸਲਮਾਨਾਂ ਤੇ ਹਿੰਦੂਆਂ ਦਾ ਰੱਬ ਇੱਕੋ ਮੁਸਲਮਾਨਾਂ ਤੇ ਹਿੰਦੂਆਂ ਦਾ ਰੱਬ ਇੱਕੋ ਕਿਹੜੇ ਬੰਦੇ ਨੇ ਸੱਚ ਵਰਤਾਇਆ ਹੈ ਕਿਹੜੇ ਬੰਦੇ ਨੇ ਸੱਚ ਵਰਤਾਇਆ ਹੈ ਇਹ ਜਾਂਦਾ ਕਹਿੰਦਾ ਇਹਦੇ ਬੋਲ ਸੱਚੇ ਮੈਂ ਨਹੀਂ ਸੁਣ ਸਕਦਾ ਇਹਦੇ ਬੋਲ ਸੱਚੇ ਮੈਂ ਨਹੀਂ ਸੁਣ ਸਕਦਾ ਇਹਦੇ ਬੋਲਣ ਦਾ ਕੰਮ ਮੁਕਾ ਦਿਓ ਇਹਨੂੰ ਫੜੋ ਤੇ ਲਿਆ ਕੇ ਲਾਹੌਰ ਅੰਦਰ ਕੋਈ ਅੰਤਾਂ ਦਾ ਕਹਿ ਰਿਹਾ ਇਹਦੇ ਬੋਲ ਸੱਚੇ ਇਹਦੇ ਬੋਲ ਸੱਚੇ ਮੈਂ ਨਹੀਂ ਸੁਣ ਸਕਦਾ ਇਹਦੇ ਬੋਲਣ ਦਾ ਕੰਮ ਮੁਕਾ ਦਿਓ ਇਹਨੂੰ ਫੜੋ ਤੇ ਲਿਆ ਕੇ ਲਾਹੌਰ ਅੰਦਰ ਕੋਈ ਅੰਤਾਂ ਦਾ ਕਹਿ ਮਚਾ ਦਿਓ ਅੱਗੇ ਕੀ ਹੋਇਆ ਲਾਹੌਰ ਵਾਲਿਆਂ ਚੰਦੂ ਦੇ ਨਾਲ ਦਾ ਚੰਦੂ ਵੀ ਕਿਆ ਕਰਦਾ ਸੀ ਲਾਹੌਰ ਵਾਲਿਆਂ ਚੰਦੂ ਦੇ ਨਾਲ ਲੜ ਕੇ ਗੁਰੂ ਸਾਹਿਬ ਨੇ ਹੁਕਮ ਸੁਣਾ ਦਿੱਤਾ ਲਾਹੌਰ ਗੁਰੂ ਜੀ ਨੂੰ ਜਾਓ ਲੈ ਆਓ ਲਾਹੌਰ ਗੁਰੂ ਜੀ ਨੂੰ ਜਾਓ ਲੈ ਆਓ ਸਜ਼ਾ ਦੇਣ ਲਈ ਕਾਲੀ ਲਗਾ ਦਿੱਤਾ ਤਸੀਹੇ ਲੱਭੋ ਤਸੀਹੇ ਲੱਭੋ ਜੋ ਕਦੇ ਨਹਾਉਣ ਵਰਤੇ ਸੀਹੇ ਲੱਭੋ ਜੋ ਕਦੇ ਨਹਾਉਣ ਵਰਤੇ ਜਨਾਦਾ ਤਾਂ ਹੀ ਵੀ ਸਭ ਸਮਝਾ ਦਿੱਤਾ ਉਹ ਸੱਚੇ ਪਾਤਸ਼ਾਹ ਨੂੰ ਇਹਨਾਂ ਜੁਲਮੀਆਂ ਨੇ ਸੱਚੇ ਪਾਤਸ਼ਾਹ ਨੂੰ ਇਹਨਾਂ ਜੁਲਮੀਆਂ ਨੇ ਸ਼ਹੀਦ ਕਰਨ ਦਾ ਅਨੋਖਾ ਫਤਵਾ ਦਿੱਤਾ ਸੱਚੇ ਪਾਤਸ਼ਾਹ ਨੂੰ ਇਹਨਾਂ ਜੁਲਮੀਆਂ ਨੇ ਸ਼ਹੀਦ ਕਰਨ ਦਾ ਅਨੋਖਾ ਫਤਵਾ ਦਿੱਤਾ ਤੱਤੀ ਤਵੀ ਦੇ ਗੁਰੂ ਜੀ ਬਿਠਾ ਕੇ ਇਹ ਹੋਣਾ ਤਾਂ ਤੱਤੀ ਤਵੀ ਦੇ ਗੁਰੂ ਜੀ ਬਿਠਾ ਕੇ ਤੱਤੀ ਤਵੀ ਦੇ ਗੁਰੂ ਜੀ ਬਿਠਾ ਕੇ ਤੇ ਨੇਤ ਗਰਮ ਕਰਕੇ ਸੀਸ ਤੇ ਪਾਈ ਚੱਲੋ ਜਦੋਂ ਤੱਕ ਸ਼ਹੀਦ ਨਾ ਹੋ ਜਾਣ ਇਸੇ ਤਰ੍ਹਾਂ ਹੀ ਕਹਿ ਮਚਾਈ ਤੱਤੀ ਤਵੀ ਦੇ
ਗੁਰੂ ਜੀ ਬਿਠਾ ਕੇ ਤੇ ਰੀਤ ਕਰਮ ਕਰਕੇ ਸੀਸ ਤੇ ਪਾਈ ਚੱਲੋ, ਜਦੋਂ ਤੀਕ ਸ਼ਹੀਦ ਨਾ ਹੋ ਜਾਣ ਇਸੇ ਤਰ੍ਹਾਂ ਹੀ ਕਹਿ ਕਮਾਈ ਚੱਲੋ। ਹੁਣ ਇੱਕ ਰਾਂਝਾ ਦਾ ਮੇਰੇ ਦਿਲ ਚ ਕਿ ਇੰਨੇ ਵੱਡੇ ਪਾਤਸ਼ਾਹ ਇੰਨਾ ਕੁਛ ਨਾ ਕੀਤਾ, ਉਹਨਾਂ ਦੇ ਇੰਨੇ ਜ਼ੁਲਮ, ਸੋ ਉਹਦੇ ਬਾਰੇ ਲਿਖਿਆ ਕੀ ਕੀਤਾ ਜੀ ਨੇ, ਕਹਿੰਦੇ ਸੁਖਮਨੀ ਸਾਹਿਬ ਦੇ ਪਿੱਛੇ ਸੋਲ ਪੁੱਛੇ, ਸੁਖਮਨੀ ਸਾਹਿਬ ਦੇ ਬੇਟੀ ਸਾਹਿਬ ਸੁਖਮਨੀ ਸਾਹਿਬ ਦੇ ਅੰਮ੍ਰਿਤ ਜਿਸ ਬੋਲ ਲਿਖੇ ਪਾਪੀ ਉਸਦੇ ਜ਼ੁਲਮ ਕਮਾਈ ਜਾਂਦੇ, ਸੁਖਮਨੀ ਸਾਹਿਬ ਦੇ ਪਿੱਛੇ ਜਿਸ ਬੋਲ ਉਚਰੇ ਪਾਪੀ ਉਸਦੇ ਜ਼ੁਲਮ ਕਮਾਈ ਜਾਂਦੇ, ਹਰਿਮੰਦਰ ਸਾਹਿਬ ਜਿਸ ਹੱਥੀ ਉਸਾ ਗਿਆ ਸੀ, ਹਰਿਮੰਦਰ ਸਾਹਿਬ ਜਿਸ ਹੱਥੀ ਉਸਾ ਗਿਆ ਸੀ ਤੱਤੀ ਤੱਕੀ ਦੇ ਉਹਨੂੰ ਬਿਠਾਈ ਜਾਂਦੇ, ਤੱਤੀ ਤੱਕੀ ਦੇ ਉਹਨੂੰ ਬਿਠਾਈ ਜਾਂਦੇ। ਗੁਰੂ ਗ੍ਰੰਥ ਸਾਹਿਬ ਜਿਹਨਾਂ ਤਿਆਰ ਕੀਤਾ, ਗੁਰੂ ਗ੍ਰੰਥ ਸਾਹਿਬ ਜਿਹਨਾਂ ਤਿਆਰ ਕੀਤਾ, ਕੜਛੇ ਰੇਤ ਕਰਦੀ ਸੀਸ ਤੇ ਪਾਈ ਜਾਂਦੇ, ਗੁਰੂ ਗ੍ਰੰਥ ਸਾਹਿਬ ਜਿਹਨਾਂ ਤਿਆਰ ਕੀਤਾ, ਕੜਛੇ ਰੇਤ ਕਰਦੀ ਸੀਸ ਤੇ ਪਾਈ ਜਾਂਦੇ। ਹਾਂਜੀ ਕੋਮਲ ਸਾਹਿਬ ਅਗਲੀ ਲਾਈਨ ਦੇਖਿਓ, ਇਹਨਾਂ ਨੂੰ ਵਰ ਮਿਲਿਆ ਸੀ ਗੁਰੂ ਅੰਗਦ ਦੇਵ ਜੀ, ਉਹ ਤਾਂ ਜਿਹੜਾ ਬਾਣੀ ਦਾ ਬੋਧ ਹੋਇਆ, ਸੋ ਉਹ ਤਾਂ ਬਾਣੀ ਦਾ ਬੋਧ ਆ ਜਿਸ ਵਰ ਪਾਇਆ ਸੰਧੂ ਸਾਹਿਬ, ਦੋਤਾ ਬਾਣੀ ਦਾ ਬੋਧਾ ਜਿਸ ਵਾਰ ਪਾਇਆ ਉਹਦੇ ਹੇਠਾਂ ਸੀ ਨੰਗ ਬਚਾਈ ਜਾਂਦੇ। ਕਈ ਦਿਨ ਮੈਂ ਦੋਨੇ ਬੋਲੀ ਜਾਣਾ, ਸੁਖਮਨੀ ਸਾਹਿਬ ਦੇ ਪਿੱਛੇ ਜਿਸ ਬੋਲ ਉਚਰੇ ਪਾਪੀ ਉਸਦੇ ਜ਼ੁਲਮ ਕਮਾਈ ਜਾਂਦੇ, ਹਰਿਮੰਦਰ ਸਾਹਿਬ ਜਿਸ ਹੱਥੀ ਤਿਆਰ ਹੈ ਉਸਾਰਿਆ ਸੀ ਤੱਤੀ ਤੱਕੀ ਨੇ ਉਹਨੂੰ ਬਿਠਾਈ ਜਾਂਦੀ, ਗੁਰੂ ਗ੍ਰੰਥ ਸਾਹਿਬ ਜਿਹਨਾਂ ਤਿਆਰ ਕੀਤਾ ਕੜਛੇ ਰੇਤ ਕਰਦੀ ਸੀਸ ਤੇ ਪਾਈ ਜਾਂਦੇ, ਦੋਤਾ ਬਾਣੀ ਦਾ ਬੋਧਾ ਜਿਸ ਵਰ ਪਾਇਆ ਤਾਪੀ ਲੋਹ ਦੇ ਗੁਰੂ ਜੀ, ਦੋਤਾ ਬਾਣੀ ਦਾ ਬੋਧਾ ਜਿਸ ਵਰ ਪਾਇਆ ਉਹਦੇ ਹੇਠਾਂ ਸੀ ਆਪ ਪਹੁੰਚਾਈ ਜਾਂਦੇ। ਅੱਗੇ ਲਿਖਿਆ ਕਿ ਜੇਠ ਹਾੜ ਦੀ ਉਪਰੋਂ ਅੱਗ ਵਾਲ ਦੀ ਸ਼ਹੀਦੀ ਉਹਨਾਂ ਦੀ ਹੋਈ ਸੀ 30 ਮਈ 1606 ਨੂੰ, ਜੇਠ ਦਾ ਮਿਲਿਆ ਸੀ ਭਰਾੜ ਵੀ ਆਏ ਨੇ, ਜੇਠ ਹਾੜ ਦੀ ਉਪਰੋਂ ਅੱਗ ਵਰਦੀ ਤਾਪੀ ਲੋਹ ਦੇ ਗੁਰੂ ਜੀ ਅਡੋਲ ਬੈਠੇ, ਜੇਠ ਹਾੜ ਦੀ ਉਪਰੋਂ ਅੱਗ ਵਰਦੀ ਤੱਤੀ ਲੋਹ ਦੇ ਗੁਰੂ ਜੀ ਅਡੋਲ ਬੈਠੇ, ਨਿਵ ਜੋੜ ਕੇ ਪਾਠ ਨੇ ਕਰੀ ਜਾਂਦੇ, ਨਿਵ ਜੋੜ ਕੇ ਪਾਠ ਨੇ ਕਰੀ ਜਾਂਦੇ, ਜਾਪੇ ਗੁਰੂ ਨਾਨਕ ਉਹਨਾਂ ਕੋਲ ਜੇਠ ਹਾੜ ਦੀ ਉਪਰੋਂ ਅੱਗ ਵਰਦੀ ਤੱਤੀ ਲੋਹ ਦੇ ਗੁਰੂ ਅਡੋਲ ਬੈਠੇ, ਨਿਵ ਜੋੜ ਕੇ ਪਾਠ ਨੇ ਕਰੀ ਜਾਂਦੇ, ਜਾਪੇ ਗੁਰੂ ਨਾਨਕ ਉਹਨਾਂ ਕੋਲ ਬੈਠੇ, ਮੀਆਂ ਮੀਰ ਜੀ ਦਰਸ਼ਨ ਕਰਨਾ ਹੈ, ਮੀਆਂ ਮੀਰ ਜੀ ਦਰਸ਼ਨ ਕਰਨਾ ਹੈ, ਕਹਿੰਦੇ ਪਾਪੀਆਂ ਜੋ ਕਮਾਏ ਸੱਚ ਹੋਇਆ ਨੂੰ, ਮੀਆਂ ਮੀਰ ਜੀ ਦਰਸ਼ਨ ਕਰਨਾ ਹੈ, ਹਾਂਜੀ ਵੀਰ ਜੀ ਮੀਆਂ ਮੀਰ ਜੀ ਦਰਸ਼ਨ ਕਰਨਾ ਹੈ, ਕਹਿੰਦੇ ਪਾਪੀਆਂ ਜੁਲਮ ਕਮਾਇਆ ਹੈ, ਕਹੋ ਤਾਂ ਇੱਕ ਨਾਲ ਇੱਟ ਗੜਕਾ ਦੇਵਾਂ, ਕਹੋ ਤਾਂ ਹੇਠਾਂ ਇੱਕ ਨੜਕਾ ਦੇਵਾਂ, ਇਹਨਾਂ ਰੱਬ ਨੂੰ ਤਵੀ ਬਿਠਾ ਹੈ, ਇਹਨਾਂ ਰੱਬ ਨੂੰ ਤਵੀ ਬਿਠਾਇਆ ਹੈ, ਕਹਿੰਦੇ ਗੁਰੂ ਜੀ ਮੀਰ ਜੀ ਸ਼ਾਂਤ ਹੋ ਜਾਓ, ਕਹਿੰਦੇ ਗੁਰੂ ਜੀ ਮੀਰ ਜੀ ਸ਼ਾਂਤ ਹੋ ਜਾਓ, ਭਾਣਾ ਮਿੱਠਾ ਜੋ ਰੱਬ ਵਰਤਾਇਆ ਹੈ ਤੇਰਾ ਕੀਆ ਮਿੱਠਾ ਲਾਗੇ ਨਾਨਕ ਨਾਮ ਪਦਾਰਥ ਮੰਦੇ, ਕਹਿੰਦੇ ਗੁਰੂ ਜੀ ਜਸਵੰਤ ਸਿੰਘ ਜੀ, ਕਹਿੰਦੇ ਗੁਰੂ ਜੀ ਮੀਰ ਜੀ ਸ਼ਾਂਤ ਹੋ ਜਾਓ, ਭਾਣਾ ਮਿੱਠਾ ਜੋ ਰੱਬ ਵਰਤਾਇਆ ਹੈ, ਅੱਠ ਪੈਰ ਵਿੱਚੋਂ ਰਾਵੀ ਦੇ ਕੱਢੇ ਹੁੰਦੇ, ਅੱਠ ਪੈਰ ਵਿੱਚੋਂ ਰਾਵੀ ਦੇ ਕੱਢੇ ਹੁੰਦੇ, ਜੋਤੀ ਜੋਤ ਦੇ ਵਿੱਚ ਸਮਾਇਆ ਹੈ, ਜੋਤੀ ਜੋਤ ਦੇ ਵਿੱਚ ਸਮਾਇਆ ਹੈ, ਹੋਇਆ ਕਿ ਇਹ ਸ਼ਹੀਦੀ ਰਸਮ ਦੇ ਪਹੁੰਚ ਸੀ, ਇਹ ਪਹਿਲੇ ਸ਼ਹੀਦ ਹੈ ਸਾਡੇ ਕੌਮ ਦੇ ਵਿੱਚ, ਗੁਰੂ ਦੇ ਵੀ ਪਹਿਲੇ ਸ਼ਹੀਦ ਹੋਏ, ਤੁਹਾਡੀ ਸ਼ਹੀਦੀ ਨੇ ਕੌਮ ਵਿੱਚ ਜਾਨ ਭਰਤੀ, ਕੌਮ ਵਿੱਚ ਸਿੱਧੀ ਪਈ ਦੀ ਉਹਦਾ ਖਿਆਲ ਕਰਦੇ ਜਾਨ ਪੈ ਗਈ, ਤੁਹਾਡੀ ਸ਼ਹੀਦੀ ਨੇ ਕੌਮ ਵਿੱਚ ਜਾਨ ਭਰਤੀ, ਭਗਤੀ ਸ਼ਕਤੀ ਦਾ ਅੱਗੇ ਤੋਂ ਜੋੜ ਹੋਇਆ, ਪਹਿਲਾਂ ਕਰੀ ਪੀਰੀ ਸੀ ਪੀਰੀ ਲਾਡੀ, ਭਗਤੀ ਸੀ ਸ਼ਕਤੀ ਲਾਡੀ, ਸੇਵਕ ਸਿੰਘ ਲਾਈ, ਤੁਹਾਡੀ ਸ਼ਹੀਦੀ ਨੇ ਕੌਮ ਵਿੱਚ ਜਾਨ ਭਰਤੀ, ਭਗਤੀ ਸ਼ਕਤੀ ਦਾ ਅੱਗੇ ਤੋਂ ਜੋੜ ਹੋਇਆ, ਕਈ ਤੁਹਾਡੇ ਤੋਂ ਅਸੀਂ ਲੜਾ ਜਾਏਂਗੇ, ਕਈ ਤੁਹਾਡੇ ਤੋਂ ਅਸੀਂ ਲੜਾ ਜਾਏਂਗੇ, ਤੁਹਾਡੇ ਜਿਹਾ ਤਾਂ ਕੋਈ ਜਗਤੇ ਹੋਰ ਹੋਇਆ, ਤੁਹਾਡੇ ਜਿਹਾ ਕੋਈ ਜਗਤੇ ਹੋਰ ਹੋਇਆ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਰਨਾ ਦਵਾਨਾ ਹੀ ਹੋ ਗਿਆ ਕੀ ਗੀਤ ਦਵਾਨੇ ਦਾ ਗੀਤ ਹੈ ਇਸ ਕਰਕੇ ਉਹਨੇ ਕਵਿਤਾ ਸੁਣੀਏ ਕਾਂਗ ਸਾਹਿਬ ਕਹਿੰਦੇ ਪੰਜ ਮਿੰਟ ਬਣਾਏ ਹੈ ਇੱਕ ਇੱਕ ਕਵਿਤਾ ਸੁਣ ਲਈ ਉਸ ਤੋਂ ਬਾਅਦ ਦਵਾਨਾ ਜੀ ਆਪਣਾ ਗੀਤ ਸੁਣ ਲਈ ਲਿਖਣ ਲਈ ਇਤਿਹਾਸ ਕੁਰਬਾਨੀਆਂ ਦਾ ਲਿਖਣ ਲਈ ਇਤਿਹਾਸ ਕੁਰਬਾਨੀਆਂ ਦਾ ਸਿਆਹੀ ਖੂਨ ਤੇ ਕਲਮ ਤਲਵਾਰ ਬਣ ਗਈ ਕਾਗਜ਼ ਬਣ ਗਈ ਸਾਡੀ ਬਹਾਦਰਾਂ ਦੀ ਸੂਰਬੀਰ ਦਾ ਜਿਹੜਾ ਸ਼ਿੰਗਾਰ ਸਿਰ ਸੂਰਿਆਂ ਦੇ ਇਹਦੇ ਬਣੇ ਅੱਖਰ ਗਿਣਤੀ ਅੱਖਰਾਂ ਦੀ ਕਈ ਹਜ਼ਾਰ ਬਣ ਗਈ ਏਦਾਂ ਲਿਖੀ ਤਾਰੀਖ ਸ਼ਹਾਦਤਾਂ ਦੀ ਜਦੋਂ ਪੜ੍ਹੀ ਤਾਂ ਚੰਡੀ ਦੀ ਵਾਰ ਬਣ ਗਈ ਜਦੋਂ ਪੜ੍ਹੀ ਤਾਂ ਚੰਡੀ ਦੀ ਵਾਰ ਬਣ ਗਈ ਪਰਮ ਸਤਿਕਾਰ ਜੋ ਸਤਿ ਸੰਗੇ ਹੋ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਹਿਲੀ ਕਵਿਤਾ ਮੈਂ ਪੜ੍ਹੀ ਸੀ ਸੰਗਤ ਬਹੁਤ ਥੋੜ੍ਹੀ ਸੀ ਸੋ ਮਨ ਖੁਸ਼ ਹੋਇਆ ਕਿ ਸੰਗਤ ਹੋਰ ਵੀ ਆਈ ਹੈ ਸੋ ਸਿਰਫ ਸਮਾਂ 5 ਮਿੰਟ ਹੈ ਕਵਿਤਾ ਹੈ ਸ਼ਹੀਦਾਂ ਦੇ ਸਿਰਤਾਜ ਅੱਗੇ ਤੇ ਸਾਨੂੰ ਮਰ ਲਿਆ ਚਮਨ ਗੁਰੂ ਨਾਨਕ ਦੀ ਸਿੱਖੀ ਵਾਰ ਕੀਤਾ ਭਰਪੂਰ ਜਗ ਭਗਤੀ ਭੰਡਾਰਾ ਸੀ ਨਾਮ ਇਸ਼ਨਾਨ ਨਾਲ ਸ਼ਬਦ ਇਹ ਗੁੰਜ ਉੱਠੇ ਚਿੰਮ ਚਿੰਮ ਵਸੀਆਂ ਅੰਮ੍ਰਿਤ ਫੁਹਾਰ ਬਾਣੀ ਦੇ ਬਾਹਰ ਭਾਈ ਦੁਸ਼ਮਣਾਂ ਨੂੰ ਵਿੰਨਦੇ ਸੀ ਮੋਇਆ ਜਗ ਦਇਆ ਹਿਮਾ ਦੇ ਵਿਚਾਰਾਂ ਸੀ ਏਕਤਾ ਨਿਮਰਤਾ ਦੇ ਪਰ ਉਪਕਾਰਤਾ ਦੇ ਸਿੱਖ ਦੇ ਸਿਧਾਂਤ ਜਦੋਂ ਨਾਰਾ ਤੇ ਨਾਰਾ ਸੀ ਅਜੂਬਾ ਸਿਰ ਮੋਰੇ ਜਗ ਦੇ ਅਜੂਬਿਆਂ ਚੋਂ ਹਰੀ ਮੰਦਰ ਪਾਵਨ ਸੱਚ ਉਸਾਰਾ ਸੀ ਕੁਝ ਨਗਰਾਂ ਦਾ ਗੁਰਾਂ ਨਵ ਨਿਰਮਾਣ ਕੀਤਾ ਪਣ ਸੰਪਾਦਕ ਆਦਿ ਗ੍ਰੰਥ ਨੇ ਚਾਰਾ ਸੀ ਪ੍ਰਭੂ ਦਾ ਰੰਗ ਸਾਰੇ ਰੰਗਾਂ ਚੋਂ ਮਨੀਠ ਰੰਗ ਦਸੇ ਬਾਰਾਂ ਮਾਂ ਰਾਗ ਮਾਂ ਚ ਉਚਾਰਾ ਸੀ ਸਾਗਰ ਅਥਾ ਕਾਵ ਕੌਸ਼ਲ ਵਿਵੇਕ ਵਾਲਾ ਰਾਜਤਾ ਸੁਖਮਨੀ ਸੁੱਖਾਂ ਦਾ ਪਟਾਰਾ ਸੀ ਜਦੋਂ ਇੰਨੀ ਤਰੱਕੀ ਹੋ ਗਈ ਹਾਕਮ ਨਾ ਜਾਣ ਸਕੇ ਸਿੱਖੀ ਵਾਲੀ ਸ਼ਾਂਤਾਈ ਆ ਮੱਥਾ ਲਾਇਆ ਲਾਹੌਰ ਦਿੱਲੀ ਸਰਕਾਰਾਂ ਨੇ ਪੰਜਮ ਦਾਤਾਰ ਤਾਈ ਆ ਗ੍ਰਿਫਤਾਰ ਕੀਤਾ ਭੁੱਲ ਗਏ ਗੁਰੂ ਜੀ ਦੇ ਸਭ ਤੋਂ ਵਕਾਰਾਂ ਸ਼ਾਂਤੀ ਦੇ ਪੁੰਜ ਜਿਹਨੇ ਜਗ ਸਾਰਾ ਸ਼ਾਂਤ ਕੀਤਾ ਦੇਖ ਚ ਉਭਾਲਿਆ ਚੰਦੂ ਐ ਕਾਰਾਂ ਨੇ ਤੱਤੀ ਤਵੀ ਉੱਤੇ ਅੱਜ ਗੁਰਾਂ ਨੂੰ ਬਿਠਾ ਦਿੱਤਾ ਭੈਣੇ ਹੁਣ ਮੁਗਲ ਮਹਿਲ ਦੇ ਮਿਨਾਰਾਂ ਜਿਸ ਸੀਸ ਤੇ ਸੋਨਾ ਚੌਰ ਪਿਆ ਝੁਲਦਾ ਸੀ ਤੱਤੀ ਦੇ ਸੀਸ ਉੱਤੇ ਕਹਿਰ ਟਕਾਰਾਂ ਨੇ ਦਿੱਲੀ ਲਾਹੌਰ ਦੀਆਂ ਇੱਟਾਂ ਖੜਕਾਉਣ ਵਾਲੇ ਨਾ ਸਾਈ ਦੀਆਂ ਵੀਰ ਦੀਆਂ ਸੁਣੀਆਂ ਪੁਕਾਰਾਂ ਲਾਹੌਰ ਵਿੱਚ ਦੇਖੋ ਅੱਜ ਸੱਚ ਕੇ ਸ਼ਹੀਦ ਹੁੰਦਾ ਪੂਰ ਨੀਤੀਆਂ ਤਾਈ ਸਦਾ ਤਸਕਾਰਾਂ ਨੇ ਰਾਵੀ ਦਿਆ ਪਾਣੀਆਂ ਠੋਕਰਾਂ ਦਾ ਮਾਰ ਐਵੇਂ ਗੁਰਾਂ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਮਾਲਕ ਹੋਇਆ ਆਪੇ ਭਾਣਾ ਮਨਾਈ ਜਾਂਦਾ ਸਿਖਾ ਰਿਹਾ ਭਾਣਾ ਜੋ ਕਰਦਾ ਉਤਪਾਰਾਂ ਨੇ ਸ਼ਾਹ ਦੇ ਸ਼ਹਿਨਸ਼ਾਹ ਕੌਮ ਦੀ ਆਵਾਜ਼ ਬਣੀ ਰੱਖੀ ਆਣ ਸ਼ਾਨ ਗੁਰਾਂ ਬਖਸ਼ਣ ਹਾਰਾ ਬਦਲੇ ਸ਼ਹੀਦੀ ਤੋ ਹੋਈ ਤਬਦੀਲ ਤਾਈ ਬਦਲੇ ਸਮਾਜ ਬਦਲ ਜਾਂਦੀਆਂ ਵਿਚਾਰਾਂ ਨੇ ਭਗਤੀ ਤੇ ਸ਼ਕਤੀ ਸੁਮੇਲ ਮੇਰੋ ਹੋਣ ਲੱਗਾ ਇੱਕ ਹੱਥ ਮਾਲਾ ਦੂਜੇ ਹੱਥ ਤਲਵਾਰਾ ਇੱਕ ਤਾਂ ਵੀ ਹੈ ਮਾਲਾ ਤੇ ਤਲਵਾਰ ਇੱਕ ਹੱਥ ਮਾਲਾ ਦੂਜੇ ਹੱਥ ਤਲਵਾਰਾ ਨੇ ਆਖਰੀ ਟੈਕਾਈ ਗੁਰਮਤਿ ਪੰਜ ਚ ਸ਼ਹਾਦਤਾਂ ਦੇ ਮੋੜ ਮੋੜੇ ਰਹਿਤ ਮਾਰ ਕੌਮ ਜੀਵਨ ਕੌਮ ਉਤੋਂ ਵਾਰਾ ਏ ਕਥਨੀ ਤੇ ਕਰਨੀ ਨੇ ਮਹਾਸੂਰ ਵੀਰ ਬਲੀ ਮਹਿਮਾ ਸੰਤ ਗੁਰਾਂ ਦੀ ਕਾਏ ਕੱਟ ਸਹਾਰਾ ਕੁਰਬਾਨੀ ਦੇ ਸਾਗਰਾਂ ਚ ਤਾਰਿਆਂ ਦੀ ਜਾਗ ਦੱਸ ਸਬਰ ਨੇ ਜਬਰ ਛੜੇ ਆਮ ਹੰਕਾਰਾ ਏ ਕੌਮ ਦੇ ਗੌਰਵ ਕੰਗ ਮਾਣ ਨੇ ਮਨੁੱਖਤਾ ਦੇ ਸ਼ਹੀਦਾਂ ਸਿਰ ਤਾਰ ਗੁਰੂ ਅਰਜਨ ਦਾ ਤਾਰਾ ਏ ਸ਼ਹੀਦਾਂ ਸਿਰ ਤਾਰ ਗੁਰੂ ਅਰਜਨ ਦਾ ਤਾਰਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਦਾਰ ਜੀ ਨੇ ਗੱਲ
ਸਿਹਤ ਆਪਣੀ ਸ਼ਹੀਦਾਂ ਸਿੰਘ ਕਾਰ ਪੂਰਾ ਦਿਨ ਦਰਸ਼ਾ ਰਹੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੋਂ ਬਸ 5 ਮਿੰਟ ਹੋ ਗਏ ਸਰਦਾਰ ਸਿੰਘ ਕਈਆਂ ਕਵਿਤਾ ਸੁਣਾਉਂਦੇ ਮੇਰੀ ਮੂਰੀ ਬੰਦ ਹੋ ਗਈ ਦੋ ਵਾਰੀ ਮੈਂ ਤਾਂ ਬੇਨਤੀ ਕਰਦਾ ਕਿ ਕਵਿਤਾ ਸਾਨੂੰ ਜ਼ਰੂਰ ਹੋ ਗਈ ਜੋ ਕਿ ਸੁਣਾਉਂਦੇ ਕਹਿ ਜ਼ਰੂਰ ਸੁਣਾਓ ਸਰਦਾਰ ਸੁਖਮ ਸਿੰਘ ਕਮੀਨੇ ਕਲਗੀ ਧਰ ਦੇ ਲਾਲ ਪਿਆਰ
ਦੋ ਪੁੱਤਰਾਂ ਦੀਆਂ ਜੰਜਾਂ ਚੜੀਆਂ, ਪੰਜ ਪੰਜ ਜਾਨੀ ਕੋਲ ਸਵਾਲ। ਪੁੱਤਰਾਂ ਵਾਲੇ ਆਪਣੇ ਦਿਲ ਤੇ ਹੱਥ ਆ ਕੇ ਦੇਖੋ ਕਿ ਪੁੱਤਰ ਕਿੰਨੇ ਪਿਆਰੇ ਹੁੰਦੇ ਹੈ। ਪਰ ਧੰਨ ਹੈ ਜਿਸ ਦੇਸ਼ ਪਿਤਾ ਜਿਨ੍ਹਾਂ ਨੇ ਇੱਕ ਨਹੀਂ ਬਲਕਿ ਚਾਰੇ ਲਾਲ ਦੇਸ਼ ਦੀ ਖਾਤਰ, ਕੌਮ ਦੀ ਖਾਤਰ ਵਾਰ ਦਿੱਤੇ। ਧਿਆਨ ਦੇਣਾ, ਇਸ ਰਚਨਾ ਤੋਂ ਪਹਿਲਾਂ ਕੁਝ ਲੈਣਾ ਹੋਰ ਨੇ। ਜਾ ਕੇ ਉਸਦੀ ਆਸ ਪਦਾ
वापस मुड़ना जोंदे जी नहीं वापस मुड़ना कहा पिता है जंदी वार एक सी अली एक सी डा एक सी अली एक सी डा ਜਥੇਦਾਰ ਸਰਦਾਰ ਗੁਰਦੀਪ ਸਿੰਘ ਜੀ ਬੱਕਰ ਸਾਹਿਬ ਬਹੁਤ ਸਾਰਾ ਮਾਣ ਕਰਦੇ ਆ ਬੇਹੱਦ ਸ਼ੁਕਰਗੁਜ਼ਾਰਾਂ ਜਵਾਉਂਦੇ ਆ ਬਿਜਲੀ ਮਹਿਕਮੇ ਬਿਜਲੀ ਬੋਰਡ ਦੇ ਵਿੱਚੋਂ ਉੱਚ ਅਹੁਦੇ ਤੋਂ ਇਹ ਰਿਟਾਇਰ ਹੋਏ ਨੇ ਔਰ ਹਾਲੇ ਵੀ ਬਿਜਲੀ ਬੋਰਡ ਦਾ ਹੋਰ ਸਰਕਾਰੀ ਠੇਕੇਦਾਰ ਜਾਂ ਕੰਮ ਇਹਨਾਂ ਨੇ ਸੰਭਾਲਿਆ ਹੋਇਆ ਦਰਬਾਰ ਪਾਤਸ਼ਾਹ ਦੀ ਇਹਨਾਂ ਦੇ ਫੁੱਲ ਕਿਰਦਾ ਮੈਂ ਕਾਫੀ ਸਮੇਂ ਤੋਂ ਕਾਫੀ ਦੇਰ ਤੋਂ ਮੇਰਾ ਜਾਣਦਾ ਗੁਰਦੁਆਰਾ ਜੀਤ ਸਿੰਘ ਨਗਰ ਦੇ ਵੀ ਇਹ ਜਨਰਲ ਸਕੱਤਰ ਨੇ ਕਮਾਨ ਕਰਦੇ ਸ਼ੁਕਰੀਆ ਮਿਹਰਬਾਨੀ ਤੋਂ ਪਹੁੰਚ ਦੇਣਾ ਅਗਲੀਆਂ ਲਾਈਨਾਂ ਬੜੀਆਂ ਬਾਖਮਾਨ
सुहारे गरी सुहारे ना बारे किसे गरी सुहारे ते ना पैना ने वादा होया ना ही किसे ने खारों लाया ना बढ़िया किसे लामाचा एक सी अली एक सी जुदा एक सी अली एक सी जुदा पर मेरा कल ही आप पेश कर लेंगे पांच मिनट का समय है।
ਹੋ ਤਪ ਦੇ ਕੇ ਕਮੀਨੇ ਦੇ ਵਿੱਚ ਪਾਪੀ ਮੁਗਲਾ ਨੇ ਤਪ ਦੇ ਕੇ ਕਮੀਨੇ ਦੇ ਵਿੱਚ ਪਾਪੀ ਮੁਗਲਾ ਨੇ ਪੰਜਵੀਂ ਜੋਤ ਨੂਰਾਨੀ ਦੇਸੀ ਚੁਰਮਕ ਮਾਰਾ ਪੰਜਵੀਂ ਜੋਤ ਨੂਰਾਨੀ ਦੇਸੀ ਚੁਰਮਕ ਮਾਰਾ ਕਵੀ ਤਵਿੱਤੇ ਸਤਿਗੁਰਿਆ ਜੰਦੇਵਨੀ ਤਤੀਰੇ ਜੋ ਪਰੋ ਸੀਸ ਤੇ ਮੁਆਇਆ ਤਤਾ ਚੰਦੂ ਤਤਾ ਮੋਹਨ ਸਭ ਤਤਾ ਸੀ ਮੀਆਂ ਮੀਰ ਸਾਈ ਵੀ ਤਤਾ ਹੋ ਕੇ ਆਇਆ ਕਹਿੰਦਾ ਇਤਨਾ ਇੱਕ ਖੜ ਜਾਮਾ ਸਹਿਬ ਨਾ ਕਹਿੰਦਾ ਇਤਨਾ ਇੱਕ ਖੜ ਜਾਮਾ ਸਹਿਬ ਨਾ ਮੇਰਾ ਮਨ ਵੀ ਚਾਲਮਾ ਪੱਟੀ ਵਾਂਗ ਨੌ ਜੰਤੂ ਦੀ ਆਈ ਦਰਸ਼ਨ ਕਰਨ ਲਈ ਮੇਰੇ ਸੋਹਣੇ ਨੇ ਰੱਖ ਡਾਟਾ ਗੁਰਮਕ ਮਾਰਾਇਆ ਸਤਿਗੁਰ ਹੱਸ ਕੇ ਬੋਲੇ ਬਾਣਾ ਮਿੱਠਾ ਲੱਗਦਾ ਹੈ ਬੇਟਾ ਪੂਰਨ ਸਾਰੇ ਸਿੱਖਾਂ ਦੇ ਲਈ ਮਾਰਾਇਆ ਬੇਟਾ ਪੂਰਨ ਸਾਰੇ ਸਿੱਖਾਂ ਦੇ ਲਈ ਪਹਿਲਾਂ ਅੰਦਰੋਂ ਮਰਨਾ ਪੈਂਦਾ ਸਿੱਖੀ ਕਮਾਉਣ ਲਈ ਪੜ ਕੇ ਸੂਰੇ ਸੀਨੇ ਮੌਤ ਨੂੰ ਸਿਖਾਉਣ ਪਾਪੀਆਂ ਨੇ ਦਰਿਆਪੇ ਆਪਣੀ ਟੁੱਟੀ ਹੈ ਕਾਸੀ ਪਾਪੀਆਂ ਨੇ ਦਰਿਆਪੇ ਆਪਣੀ ਟੁੱਟੀ ਹੈ ਮੁਗਲ ਰਾਜ ਦਾ ਇੱਕ ਦਿਨ ਪੈਸਾ ਉਸ ਮੁਗਲ ਰਾਜ ਦਾ ਇੱਕ ਦਿਨ ਉਸ ਸੋ ਸਤਿ ਸ੍ਰੀ ਅਕਾਲ ਜੀ ਹੁਣ ਮੈਂ ਫਿਰ ਦੁਆਰਾ ਕਈ ਸਾਹਿਬ ਨੂੰ ਪੇਸ਼ ਕਰਨਾ ਹੈ ਸੋ ਕਵਿਤਾ ਪੜ੍ਹਨ ਬਿਲਕੁਲ ਕਰਕੇ ਹੋਏ ਹੋਣਗੀਆਂ ਸੋ ਮੈਂ ਕਈ ਸਾਹਿਬ ਜੀ ਨੂੰ ਸਟੇਜ ਦੇ ਉੱਤੇ ਆਉਣ ਲਈ ਬੇਨਤੀ ਕਰਦਾ ਹਾਂ ਅਤੇ ਨਾਲੇ ਸਾਹ ਕੰਗ ਸੁਖਵਿੰਦਰ ਸਿੰਘ ਕੰਗ ਸਾਹਿਬ ਜੋ ਸਾਡੇ ਵਿਸ਼ਵ ਪੰਜਾਬੀ ਕਵੀ ਸੰਘ ਦੇ ਪ੍ਰਧਾਨ ਹਨ ਉਹ ਆਪਣੀ ਪੁਸਤਕ ਤਲਵਾਰ ਤੇ ਮਾਲਾ ਇਹਨਾਂ ਨੂੰ ਭੇਟ ਕਰਨਗੇ ਉਹ ਵੀ ਸਟੇਜ ਤੇ ਆ ਜਾਣ ਸਾਹਿਬ ਜੋਗਿੰਦਰ ਸਿੰਘ ਜੀ ਕੰਗ ਤੇ ਇਧਰੋਂ ਕਈ ਸਾਹਿਬ ਜੀ ਸਾਡੇ ਹਰਬੰਸ ਜੀ ਕਈ ਸਟੇਜ ਤੇ ਆ ਜਾਣ ਇਹਨਾਂ ਨੇ ਵੀ ਇੱਕ ਹੋਰ ਕਵਿਤਾ ਕਹਿੰਦੇ ਸੀ ਪੜ੍ਹਨੀ ਹੈ ਬਾਕੀ ਜਿਵੇਂ ਮੈਨੇਜਮੈਂਟ ਕਹੇਗੀ ਪਰਮਜੀਤ ਸਿੰਘ ਜੀ ਬੈਠੇ ਨੇ ਪ੍ਰਧਾਨ ਸਾਹਿਬ ਬੈਠੇ ਨੇ ਏਦਾਂ ਹੋਏਗਾ ਬਸ ਇੱਕ ਵਾਰ ਸਮਾਪਤੀ ਹੈ ਕਵੀ ਤਲਵਾਰ ਦੀ ਸੋ ਉਦਾਸ ਵੀ ਆਪਣੀ ਇੱਕ ਕਿਤਾਬ ਬ੍ਰਹਮ ਗਿਆਨੀ ਭਾਈ ਦਾਦਰ ਇਹਨਾਂ ਨੂੰ ਭੇਟ ਕਰੇਗਾ ਬੋਲੇ ਸਾਹਿਬ ਉਚਾਰਿਆ ਹੈ ਅੰਮ੍ਰਿਤ ਵਰਗੀ ਮਿੱਠੀ ਲਿਖ ਬਾਣੀ
ਭਗਤ ਸਾਹਿਬ ਸੰਗਤ ਨੂੰ ਢਾਲਿਆ ਅੰਮ੍ਰਿਤ ਰਾਗੀ ਮਿੱਠੀ ਨੇਕ ਬਾਣੀ ਭਗਤ ਸਾਹਿਬ ਤੋਂ ਸੰਗਤ ਨੂੰ ਢਾਲਿਆ ਹੈ ਸੁਖਨੀ ਸੁਖ ਅੰਮ੍ਰਿਤ ਕਾ ਨਾਮ ਭਗਤੀਆਂ ਅੱਗੇ ਮਨ ਵਸੇ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਨੀ 262 ਅੰਗ ਦੇ ਹੈ ਚੌਵੀ ਸਰੋਵ ਤੇ ਚੌਵੀ ਅਸ਼ਟਪਦੀਆਂ ਆਪੋ ਆਪਣੇ ਸੁੰਦਰ ਲੱਗਦੇ ਪ੍ਰਭ ਕੋ ਸਿਮਰੇ ਸੇਤਨ ਮੰਦੇ ਪ੍ਰਭ ਕੋ ਸਿਮਰੇ ਸੇਤਨ ਮੰਦੇ ਯੋਗ ਇਸ ਕੇ ਜਗਿਆਣ ਯੋਗ ਅਭਿਆਸ ਭਾਵੇਂ ਪੁੰਨ ਦਾਨ ਕਰ ਲੈ ਯੋਗ ਅਭਿਆਸ ਭਾਵੇਂ ਪੁੰਨ ਦਾਨ ਕਰਦੇ ਕਰੇ ਸਾਧਨਾ ਕੀਰਤੀ ਨਹਾ ਲਵੇ ਕੱਚੀ ਕੰਧ ਨਾ ਧੋ ਕੇ ਸਾਫ਼ ਹੁੰਦੀ ਨਾਮ ਜਪੇ ਤਾਂ ਸਭ ਕੋਈ ਪਾ ਲਵੇ ਕੱਚੀ ਕੰਧ ਨਾ ਧੋ ਕੇ ਸਾਫ਼ ਹੁੰਦੀ ਨਾਮ ਜਪੇ ਤਾਂ ਸਭ ਕੁਝ ਪਾ ਲਵੇ ਹਰ ਕੇ ਨਾਮ ਸੰਸਦ ਕਿਸ਼ਨਾਏ ਨਾਨਕ ਗੁਰੂ ਨਾਮ ਪ੍ਰਤੀਕਾਰ ਪਾਏ ਜਿਸਨੇ ਅੱਖਾਂ ਜ਼ਬਾਨ ਹੱਥ ਪੈਰ ਬਖਸ਼ੇ ਜਿਸਨੇ ਅੱਖਾਂ ਜ਼ਬਾਨ ਹੱਥ ਪੈਰ ਬਖਸ਼ੇ ਧਰਤੀ ਰਹਿਣ ਲਈ ਤੇ ਸੀਤਲ ਜਲ ਦਿੱਤਾ ਕੌਵੀ ਨਾਲ ਰਹਿਤੇ ਪ੍ਰਭੂ ਛੱਡ ਕੇ ਤੂੰ ਤਰ੍ਹਾਂ ਤਰ੍ਹਾਂ ਦਾ ਜਿਸਨੇ ਬਲ ਦਿੱਤਾ ਪਰਮਾਤਮਾ ਸਾਹਿਬ ਸਭ ਤੋਂ ਬੱਚਿਆਂ ਨੂੰ ਛੱਡਦੇ ਪੱਕੋ ਕੀ ਉਹਨੂੰ ਭੱਜ ਲੈਂਦੇ ਹਨ ਦੀਨੇ ਹਸਤ ਪਾਣ ਕਰਮ ਨਿਤ ਰਸਨਾ ਕਿਸੇ ਤਿਆਗ ਖਬਰ ਸਾਹਿਬ ਵਿੱਚ ਨਾ ਇੱਕ ਖੇਣ ਵਿੱਚ ਗਰੀਬਾਂ ਨੂੰ ਰਾਜ ਬਖਸ਼ੇ ਇੱਕ ਖੇਣ ਵਿੱਚ ਗਰੀਬਾਂ ਨੂੰ ਰਾਜ ਬਖਸ਼ੇ ਸਾਰੀ ਦੁਨੀਆਂ ਦਾ ਖੇਲ ਰਚਾਇਆ ਹੈ ਜਿਹੜਾ ਬਣੇ ਨੀਚਾ ਸਭ ਤੋਂ ਹੋਵੇ ਉੱਚਾ ਜਿਹੜਾ ਬਣੇ ਨੀਚਾ ਸਭ ਤੋਂ ਹੋਵੇ ਉੱਚਾ ਸਾਰੇ ਲੋਕਾਂ ਨੇ ਨਾਮ ਬਣਾਇਆ ਹੈ ਸਰਬ ਲੋਕ ਕਾ ਔਖਤ ਨਾਮ ਕਲਿਆਣ ਰੂਪ ਮੰਗਲ ਮੁਕਤਾ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਗੁਰੂ ਜੀ ਨੇ ਲਿਖਿਆ ਬਾਣੀ ਵਿੱਚ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ ਨਿਸ਼ਚ ਅਤੇ ਅਨ ਦ੍ਰਿਸ਼ ਦਾ ਖੇਲ ਸਾਰਾ ਜੇ ਕੋਈ ਪੈਦਾ ਹੋਇਆ ਸੀ ਦਿਸਣ ਲੱਗ ਪਿਆ ਜੇ ਬੇਬੀ ਜਾਂ ਕੋਈ ਮਰ ਗਿਆ ਹੋਇਆ ਕੋਈ ਦਿਸਣ ਮਰ ਗਿਆ ਅਦਰ ਕੋਈ ਆਤਮਾ ਜੀਵਨੀ ਵਿੱਚ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ ਨਿਸ਼ਚ ਅਤੇ ਅਨ ਦ੍ਰਿਸ਼ ਦਾ ਖੇਲ ਸਾਰਾ ਬਿਨਾਂ ਸਬਰ ਦੇ ਕੋਈ ਨਾ ਬੈਠ ਸਕਦਾ ਰੂਪ ਧਨ ਦੌਲਤ ਕਰਮਾਂ ਦਾ ਮੇਲ ਸਾਰਾ ਬਿਨਾਂ ਸੰਤੋਖ ਨਹੀਂ ਕੋਈ ਰਾਜੇ ਸੁਪਨ ਮਨੋਰਤ ਕਿਰਦੇ ਸਭ ਕਾਟੇ ਭਲਾ ਕੁਹਾਵੇ ਤਾਂ ਪੜ੍ਹਾਈ ਹੈ ਗੋਦਨ ਜੀ ਭਲਾ ਕੁਹਾਵੇ ਤਾਂ ਪੜ੍ਹਾਈ ਹੈ ਗੋਦਨ ਜੀ ਗੁਣ ਕਾਵੇ ਤਾਂ ਪੁੱਤਰ ਦੀ ਮੈਲ ਭਾਈ ਸੋਨਾ ਮਿੱਟੀ ਵੀ ਕੁਝ ਲੱਗ ਰਹੇ ਨੇ ਦੁਨੀਆਂ ਲੱਗੂ ਲੱਗਦੀ ਪ੍ਰਭੂ ਦੀ ਖੇਲ ਭਾਵੀ ਆਪਣ ਖੇਲ ਆਪਾਂ ਵੇਖੇ ਆਪਣ ਜਾ ਕਾ ਵੇਖੇ ਖੇਲ ਸੰਕੋਚੇ ਤੋਂ ਨਾ ਖੇਡੇ ਮਨ ਵੇਚ ਗੁਰੂ ਕਾਰਜ ਰਾਸ ਹੁੰਦੇ ਮਨ ਵੇਚ ਗੁਰੂ ਕਾਰਜ ਰਾਸ ਹੁੰਦੇ ਬ੍ਰਹਮ ਜਨ ਤੇ ਜਨ ਪਾ ਬ੍ਰਹਮ ਹੁੰਦਾ ਸ਼ਕਤੀ ਮ੍ਰਿਗ ਕੀ ਕਿਸ਼ਨ ਨਸ਼ਟ ਕਰਦੀ ਬਲ ਸਾਡਾ ਨਹੀਂ ਪ੍ਰਭੂ ਦਾ ਸਭ ਕੰਮ ਹੁੰਦਾ ਇਸ ਦਾ ਪਤ ਨਹੀਂ ਸਾਧ ਕਰਨ ਕਰਮ ਸਰਵ ਹੋਇਆ ਰੱਬ ਚਾਹੇ ਤਾਂ ਸਾਸ ਤੋਂ ਬਿਨਾਂ ਰੱਖੇ ਰੱਬ ਚਾਹੇ ਤਾਂ ਸਾਸ ਤੋਂ ਬਿਨਾਂ ਰੱਖੇ ਇਕਾਗਰ ਚਿੱਤ ਹੋ ਗਏ ਸਾਧ ਮਾਣ ਰਿਹਾ ਤੂੰ ਖਾਲੀ ਐਸ ਹੈ ਚੀਜ਼ਾਂ ਨੂੰ ਜੋ ਨਿਪਟੇ ਪ੍ਰਭੂ ਕਰੇ ਜੋ ਸੋਖੀ ਗਿਆਨ ਖਾਲੀ ਐਸ ਹੈ ਚੀਜ਼ਾਂ ਨੂੰ ਚੋਣ ਨਿਪਟੇ ਨਿਪਟੇ ਪ੍ਰਭੂ ਕਰੇ ਸੋ ਸੋਖੀ ਮਾਣ ਰਿਹਾ ਤੂੰ ਜੋ ਕੁਛ ਕਰੇ ਸੋਈ ਸੁਖ ਮਾਣ ਭੂਲਾ ਗਾਏ ਕਰੇ ਜਾਣ ਕੌਣ ਬਸ ਆਈ ਤੇਰੇ ਸੰਗ ਲੱਗ ਰਿਹਾ ਬਸ ਲੋਕੀ ਪਤਾ ਸੰਤ ਦੋਖੀ ਦੀ ਮੱਤ ਨਹੀਂ ਹੁੰਦੀ ਨੇ ਵੀ ਲਿਖਿਆ ਸੰਤ ਦੋਖੀ ਦੀ ਹੀ ਮੱਤ ਨਹੀਂ ਹੁੰਦੀ ਮੁੱਖ ਉਜਲਾ ਸਾਧ ਦੇ ਸੰਗ ਹੁੰਦਾ ਗੋਬਿੰਦ ਭਜਨ ਬਿਨਾਂ ਤਿਲ ਮੰਗਦਾ ਨਹੀਂ ਕਰਤੂਤਾਂ ਹੋਰ ਨਾਲ ਨਹੀਂ ਮਿੰਦਾ ਡੰਡ ਹੁੰਦਾ ਅਗਰ ਕਰਤੂਤ ਸੰਮੀ ਜਪ ਜਾਂਦੇ ਗੋਬਿੰਦ ਭਜਨ ਤਿਲ ਨਹੀਂ ਆਖਰੀ ਹੈ ਜੀ ਪੂਰਾ ਪ੍ਰਭ ਅਰਾਧ ਕੇ ਮੁਕਤ ਹੋਵੋ ਪੂਰਾ ਪ੍ਰਭ ਅਰਾਧ ਕੇ ਮੁਕਤ ਹੋਵੋ ਉੱਚੀ ਸਭ ਤੋਂ ਸ਼ੋਭਾ ਬਣਾਇਓ ਬਣਾਓ ਭਗਤੋ ਇੰਨੇ ਜਨਮ ਫਿਰ ਕੇ ਤੁਸੀਂ ਵੇਖ ਰਹੇ ਨੇ ਇੰਨੇ ਜਨਮ ਫਿਰ ਕੇ ਤੁਸੀਂ ਵੇਖ ਰਹੇ ਨੇ ਜਿੱਤ ਪ੍ਰਭੂ ਭਗਤੀ ਵਿੱਚ ਲਓ ਭਗਤੋ ਫਿਰ ਤਿਰਤ ਪ੍ਰਗਾਇਆ ਪਰਿਓ ਤੋਂ ਸਮਾਏ ਨਾਨਕ ਦੀ ਬੇਨਤੀ ਆਪਣੀ ਭਗਤੀ ਲਾਏ ਸਭ ਦੇ ਰੂਪ ਤੱਕ ਦੀ ਸ਼ੋਭਾ ਬਣੀ ਨਾਨਕ ਨਾਮ ਸੁਖਮਨੀ ਸਭ ਦੇ ਰੂਪ ਤੱਕ ਦੀ ਸ਼ੋਭਾ ਬਣੀ ਨਾਨਕ ਇਹ ਗੁਰਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਹਨਾਂ ਮੈਡੀਕਲ ਸਰਟੀਫਿਕੇਟ ਕਿਸੇ ਨੂੰ ਆਪਣਾ ਆਪਣਾ ਪ੍ਰੋਬਲਮ ਸਾਡਾ ਪ੍ਰੋਬਲਮ ਸੁਣਦੇ ਨਹੀਂ ਮੇਬਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਅੱਜ ਦੇ ਵਿਸ਼ੇਸ਼ ਸਮਾਗਮਾਂ ਦੀ ਹਾਜ਼ਰੀ ਪਾਈ ਗੁਰੂ ਜੀ ਸਤਿ ਸ੍ਰੀ ਅਕਾਲ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ ਕਿ ਜਿੱਥੇ ਕੀਰਤਨ ਆਪਣੀ ਰੂਹ ਦੀ ਖੁਰਾਕ ਹੈ ਉਸ ਤਰ੍ਹਾਂ ਹੀ